ਜਹਨਮੀ ਹਜ਼ਰਤ ਨੂਹ ਦੇ ਨਾਲ ਬਹੁਤ ਸਾਰੇ ਸਹਾਬੀ ਹਨ ਕੁਝ ਕਸ਼ਤੀ ਸਵਾਰ ਹੋਏ ਕੁਝ ਕਸ਼ਤੀ ਸਵਾਰ ਨਹੀਂ ਹੋਏ ਤੇ ਜਿਹੜਾ ਕਸ਼ਤੀ ਸਵਾਰ ਹੋਇਆ ਉਹ ਵੀ ਸਹਾਬੀ ਜਿਹੜਾ ਸਵਾਰ ਨਹੀਂ ਹੋਇਆ ਉਹ ਵੀ ਸਹਾਬੀ ਸੱਚਾ ਪੁੱਤਰ ਵੀ ਸਵਾਰ ਨਹੀਂ ਹੋਇਆ ਤੇ ਅੱਲਾਹ ਉਸ ਨੂੰ ਵਰ ਕਰ ਛੋੜਿਆ ਜਿਹੜਾ ਕਸ਼ਤੀ ਹੈ ਨੂਹ ਦਾ ਮੁਖਾਲਫ ਹੈ ਤੇ ਨਬੀਆਂ ਦਾ ਸੁਲਤਾਨ ਫਰਮਾਨ ਹੈ ਕਿ ਮੇਰੀ ਅਹਿਲ ਬੈਤ ਕਸ਼ਤੀ ਹੈ ਨੂਹ ਦੀ ਤਰ੍ਹਾਂ ਹੈ ਜਿਹੜਾ ਸਵਾਰ ਹੋਇਆ ਸੀ ਉਹ ਬਚ ਰਿਹਾ ਸੀ ਜਿਹੜਾ ਇਸ ਨੂੰ ਛੋੜਦੇ ਸੀ ਉਹ ਹਿਲਾਕ ਹੋਇਆ ਸੀ ਅਗਰ ਨਬੀ ਦਾ ਪੁੱਤਰ ਕਸ਼ਤੀ ਤੇ ਸਵਾਰ ਨਾ ਹੋਵੇ ਤੇ ਉਹ ਹਿਲਾਕ ਗਏ ਤੇ ਅਗਰ ਕੋਈ ਮੁਸਲਮਾਨ ਕਸ਼ਤੀ ਅਹਿਲ ਬੈਤ ਨੂੰ ਨਾ ਮੰਨੇ ਉਹ ਕਿਵੇਂ ਨਜਾਤ ਪਾ ਸਕਦਾ ਕਸ਼ਤੀ ਹੈ ਨੂਹ ਛੇ ਮਹੀਨੇ ਪਾਣੀ ਤੇ ਚੱਲਦੇ ਕਸ਼ਤੀ ਅਹਿਲ ਬੈਤ ਛੇ ਮਹੀਨੇ ਖੁਸ਼ਕੀ ਦਾ ਸਫ਼ਰ ਕੀਤਾ ਕਸ਼ਤੀ ਨੂਹ ਨੂੰ ਚਲਾਉਣ ਵਾਲਾ ਇੱਕ ਨੂਹ ਹੈ ਕਸ਼ਤੀ ਅਹਿਲ ਬੈਤ ਨੂੰ ਚਲਾਉਣ ਵਾਲਾ ਵਾਰਸ ਨੂਹ ਹੈ ਪਰ ਦਿਨਾਂ ਉਹ ਚਲਾਉਣ ਵਾਲੇ ਕਿ ਆ ਵਾਰਸ ਹਾਂ ਆਦਾ ਮਸਿਫਤ ਅੱਲਾ ਯਾ ਵਾਰਸ ਨੂਹ ਨਬੀ ਅੱਲਾ ਯਾ ਵਾਰਸ ਇਬਰਾਹੀਮ ਭਾਈ ਜਿਹੜਾ ਵਿਰਸ ਹੈ ਉਹ ਤਾਂ ਅਲੈਹ ਸਲਾਮ ਦਾ ਜਿਹੜਾ ਵਾਰਸ ਹੈ ਉਹ ਰਜ਼ੀ ਅੱਲਾ ਨਹੀਂ ਇਹ ਅਲੈਹ ਸਲਾਮ ਹੈ ਜਿਨ੍ਹਾਂ ਤੇ ਅੱਲਾਹ ਦਾ ਨੂਰ ਪੜੇ ਜਿਨ੍ਹਾਂ ਤੇ ਜਬਰੀਨ ਸਲਾਮ ਕਰੇ ਜਿਨ੍ਹਾਂ ਦਾ ਨੌਕਰ ਅਲੈਹ ਸਲਾਮ ਹੈ ਉਹ ਸਰਦਾਰ ਰਜ਼ੀ ਅੱਲਾ ਨਹੀਂ ਹੋ ਸਕਦੇ ਅਗਰ ਦੁਨੀਆਂ ਇਹਨਾਂ ਦੇ ਦਰ ਤੇ ਸਲਾਮ ਕਰਨਾ ਮਨ ਮੰਨਿਆ ਰਜ਼ਾਲਾ ਦੀਆਂ ਧੀਆਂ ਜੰਗਲਾਂ 'ਚ ਨਾ ਰੁੰਡਣਾ ਮਾਂ ਦੁਨੀਆ ਅੱਜ ਯਾਰਾ ਮੁਹਰਮ ਹੈ ਮਾਂ ਬਾਰਿਸ਼ ਸਖਤ ਲੱਗੀ ਹੋਈ ਹੈ ਇਹ ਬਾਰਿਸ਼ ਕਰਬਲਾ ਦੇ ਮੈਦਾਨ 'ਚ ਹੋ ਬੰਦਿਆ ਅਲੀ ਦੀਆਂ ਧੀਆਂ ਦੇ ਖਿਆਮ ਜੰਗਲਾਂ 'ਚੋਂ ਬਚ ਰੁੰਡਣਾ ਸੋਨੇ ਆ ਕੀਤੇ ਨੇ ਇਤਨਾ ਪਾਣੀ ਖਿਆਮ ਹੁਸੈਨ 'ਚ ਨਹੀਂ ਦਾ ਮੁਹਰਮ ਨੂੰ ਹੁਸੈਨ ਅਬਾਸ ਮੌਲਾ ਹਰ ਸ਼ਹੀਦ ਨਾਲ ਦੇਣ ਜੋ ਇਜਾਜ਼ਤ ਹੈ ਮੈਂ ਮੈਦਾਨ ਵੰਨਾ ਸੈਦ ਆਖਿਆ ਤੂੰ ਮੰਡੀ ਫੌਜ ਦਾ ਜਰਨੈਲ ਹੈ ਜਰਨੈਲ ਪੁਰ ਵੰਨਣ ਜੰਗਾਂ ਮੁੱਕ ਮੈਨੀ ਹੈ ਜਦਾਂ ਅਬਾਸ ਹੀ ਮਾਰੇ ਗਏ ਅਕਬਰ ਮਾਰੇ ਗਏ ਨੌਲਾ ਮੁਹੰਮਦ ਮਾਰੇ ਗਏ ਸਾਰੇ ਸ਼ਹੀਦ ਹੋ ਗਏ ਅਬਾਸ ਮੱਲਾ ਹੈ ਮੌਲਾ ਇਜਾਜ਼ਤ ਹੈ ਮੈਂ ਮੈਦਾਨ ਵੰਨਾ ਸੈਦਾਂ ਦੇ ਫੌਜ ਦਾ ਜਰਨੈਲ ਹੈ ਅਬਾਸ ਰੋਕਿਆ ਦਿਨ ਉਹ ਫੌਜ ਕਿਹੜੀ ਹੈ ਜੰਗਾਂ ਮੈਂ ਜਰਨੈਲ ਹਾਂ ਹੁਣ ਮੁਹੰਮਦ ਮਾਰੇ ਗਏ ਕਾਸਿਮ ਮਾਰੇ ਗਏ ਮੈਨੂੰ ਮੌਲਾ ਦੇ ਇਜਾਜ਼ਤ ਸੈਦ ਆਲਮ ਏ ਗਾਜ਼ੀ ਤੂੰ ਹੈ ਮੇਰੇ ਬਾਪ ਦੀ ਸ਼ਕਲ ਆਲਾ ਦੁਨੀਆ ਤੂੰ ਹੈ ਮੇਰੀ ਭੈਣੀ ਦਾ ਮਾਣ ਤੂੰ ਹੈ ਮੇਰੀ ਭੈਣੀ ਦੇ ਪਰਦਿਆਂ ਦਾ ਸਾਹਮਣ ਗਾਜ਼ੀ ਤੂੰ ਡੁਰ ਗਿਆ ਮੇਰੇ ਜ਼ੈਨਬ ਮਰ ਰਸੇ ਇਮਾਮ ਜ਼ਮਾਨਾ ਰਾਜ਼ੀ ਹੋਣ ਮਾਤਮੀਆਂ ਸ਼ਾਮਲ ਕਹਿ ਦੁੱਖ ਚ ਨਾ ਰੋਵੋ ਸੱਤ ਮੁਹਰਮ ਮਖਸੂਸ ਦਿਨ ਹੈ ਇਹ ਰਾਤ ਦੇ ਅੰਦਰ ਮੌਲਾ ਅਬਾਸ ਨਾਲ ਇੱਕ ਆਜ਼ਾਦ ਖਾਨੇ ਵਿੱਚ ਮਜਲਿਸ ਹੋ ਰਹੀ ਹੈ ਇੱਕ ਮਾਜ਼ੂਰ ਆਦਮੀ ਜਿਹੜਾ 20 ਸਾਲ ਤੋਂ ਉਸ ਆਜ਼ਾਦ ਖਾਨੇ 'ਚ ਮਾਤਮ ਕਰਦਾ ਲੇਕਿਨ ਉੱਠ ਨਹੀਂ ਸਕਦਾ ਉਹ ਆਪਣੇ ਮਖਸੂਸ ਕੁਰਸੀ 'ਤੇ ਆਉਂਦਾ ਹੀ ਮਾਜ਼ਮੀਆਂ ਦੇ ਪਿੱਛੇ ਖਲੋਵਾਂਗਾ ਇੱਕ ਸਾਲ ਮਾਜ਼ਮੀਆਂ ਡਿੱਠਾ ਕਿ ਉਹ ਜਿਹੜਾ ਉੱਠ ਨਾ ਸਕਦਾ ਉਹ ਮਾਤਮੀਆਂ ਨਾਲ ਉੱਠ ਕੇ ਹਾਇਆ ਬਾਸ ਦਾ ਮਾਤਮ ਕਰ ਰਹੇ ਇਹਨਾਂ ਮਾਤਮੀਆਂ ਉਸਦਾ ਹੱਥ ਨਾ ਪਿਆ ਫਰਮਾਨ ਤੂੰ ਉੱਠਣੇ ਮੈਂ ਸੰਗਦਾ ਅੱਜ ਤੂੰ ਹਾਇਆ ਬਾਸ ਦਾ ਮਾਤਮ ਕਰ ਰਹੇ ਨਸ਼ਾ ਹੋਇਆ ਕਿਆ ਹੈ ਆਦਰ ਤੁਸਨ ਸ਼ੁਰੂ ਕੀਤਾ ਅਬਾਸ ਮੌਲਾ ਦਾ ਮਾਤਮ ਇੱਕ ਘੋੜੇ ਸਵਾਰ ਇਸ ਬਾਰਗਾਹ 'ਚ ਦਾਖਲ ਹੋਇਆ ਮੇਰੇ ਆਲੇ ਪਾਸੇ ਦੇ ਗਿਆ ਤੇ ਉੱਠ ਸਾਰੇ ਮੇਰਾ ਮਾਤਮ ਕਰ ਰਹੇ ਤੂੰ ਵੀ ਮੇਰਾ ਮਾਤਮ ਕਰ ਮੈਂ ਆਖਿਆ ਮੈਂ ਮਾਜ਼ੂਰ ਹਾਂ ਮੈਂ ਉੱਠ ਨਾ ਸਕਦਾ ਹੁਕਮ ਲੈ ਕੇ ਆਦਮੀ ਮੈਂ ਤੈਨੂੰ ਹੁਕਮ ਦੇ ਰਿਹਾ ਉੱਠ ਮਾਤਮ ਕਰ ਅਗਲਾ ਜੁਮਲਾ ਮਾਤਮੀਆਂ ਦੇ ਵਾਸਤੇ ਮੁਸਾਇਬ ਦਾ ਪਹਾੜ ਹੈ ਇਹ ਆਦਮੀ ਮੈਂ ਆਖਿਆ ਅਗਰ
ਜੀਨ ਤੇ ਮਾਰ ਗਿਆ ਦਿਨ ਅਗਰ ਸਹਾਰੇ ਵਾਸਤੇ ਬਾਜ਼ੂ ਹੋਵੇ ਨਾ ਜ਼ੈਨਬ ਨੂੰ ਜਾ ਕਰ ਲੈ ਬੱਚਾ ਇਮਾਮ ਜ਼ਮਾਨਾ ਰਾਜ਼ੀ ਹੋਣ ਮਾਦਨੀ ਹਾਇ ਬਣਾ ਮੇਰੇ ਬਾਜ਼ੂ ਹੋਵੇ ਨਾ ਸ਼ਕੀਨਾ ਦੇ ਦੁਰ ਰਹਿ ਬਣਾ ਨਾ ਮੇਰੇ ਬਾਜ਼ੂ ਹੋਵੇ ਨਾ ਅਲੀ ਦੀ ਅੰਧੀਆਂ ਕਦੀ ਇਸ ਬਾਜ਼ਾਰ ਕਦੀ ਉਸ ਬਾਜ਼ਾਰ ਨਾ ਬਣੇ ਨਾ ਇਮਾਮ ਜ਼ਮਾਨਾ ਰਾਜ਼ੀ ਹੋਵੇ ਬਾਪ ਹਵਾਈ ਦੀ ਮਜਲਿਸ امام سجاد فرمارن مشکل دعا مان لیا کر اللہ تینو مجلس عباس خالی نہ ولسی اس واسطے کہ راضی دی کوئی حسرت پوری نہیں ہوئی راضی دی پہلی حسرت آئی حسین نہ مری گئے راضی دی دوجی حسرت آئی سکینہ دے دور نہ لامن راضی دی تریجی حسرت آئی زینب دی چادر بچ ہونے کوئی حسرت عباس دی پورے نہیں ہوئی جدا سیدہ کہنا تو ہے میرے باپے دی شکل آنا روندے روندے اپنے خیمے والے پاسے ٹرے جناب بابا فضل نے جھولی چ پائی کھڑی ہے تے رو رو آدھی کھڑی ہے فضل آ کربلا تو دور بنو نجف خود مگی ہے اسا کربلا رامن دے لائک نہیں عباس سید روکے ہرنے دو بابا اے اچھیاں گالی پتر نال کیوں بیٹھی کرنی ہیں آدیر سکینہ ہر خیمے چھ ایک وار دی ہیں تیرے خیمے چھو نامی وار خالی ہر دی ہیں جتنا آن دی آئی میں قرآن چاہ لین دی اس نامی وار آئی ہے میں قرآن چاہے خیمے چھو بیر نکلی ہے تے آسمان دو لے کیا دی ہے میں نو پت لگ گئے میں غریب دی دی ہوں میں نے پک لگ لے میرا اصغر نہیں بچتا عباس ہاتھ بن گیا دی حسین نو آپ اجازت ہو گھندے پانی جانے میں عباس جانا جناب لبال و فرمین میں پوری یا بیوی سکینہ دے خیمے آلے پاسے میں مر بنیا منظر نہ ویکھاں دے تو میں خیمے کی داخل ہوئی معصوم سکینہ پھر اسکر دا جھولا جھولن دی بیٹھ گئے تے رو رو آدھی کنیے دعا مانگ شاید چاچا آن دے اسکر مانگ چاچا آ گیا میں پانی گن واقعی سان معصوم سکینہ دے اس وین دے نار جناب جو بابا دی چیخ بلند ہوئی مولا دی بی بی دی چیخ بلند ہوئی معصوم سکینہ پچھے پچھے جنہ پی مولا غازو دے ماتھ میں بیٹھے ہو عباس مولا تو میں ہاتھ پتی کرن فرمانن تو ہے وقت زہرا نہ رو تا باپ کو اجازت تو مندے پانے جانے میں عباس جانا جلد دنا خوشک مشک چاہیے سا چاہ کے چاچے غازی تو ٹوری ہے ہون کدے چاچے تو لین دیئے کدا زمین تو لین دیئے کدا مشک تو لین دیئے کدا اسکر تو لین دیئے اب آزاد معصوم مشک کو ہاتھ مار کے آدمی چاچا دوارا کر بلان دے میں جاتا چھوٹے چاچا کی مشک کرا گادی باندھے باندھے زمین دے بہ گئے سید دے گلج معصوم سکینہ مشک پوائیے تے مولا غازی ہاتھ چومن معصوم سکینہ نے رو گیا دن مان دعا تو وقت زیادہ آئے انشاءاللہ پانی آون دے اگر پانی نہ آیا وقت تونجی دعا مانگ تھوڑے نال وقت جتا ملاقات ہوئے میں بازو نال نہ ہوئے امام زمانہ راضی ہو نہ آئے کرے نال مولا غازی مولا مشک پائی اکو اکو معصوم سکینہ پچھے مولا عباس سامنے حسین مٹی تے بیٹھے ہیں تین آگا جو مٹھے سن تلیاں دے کے اٹھے آسمان دونوں کی طرح حسین فرمان مڈا اللہ میں غریب ہو گیا میری دھی سفارش لائیں کے بیان دیئے میں دھی نو خالی بھی نہیں بلانا اگر میں نے غازی پر دیا وقت زینب دن میں جرور ویسی حسین دین و ہاں نالے سکینہ کے نائیں آدھیا بابا اسکر مرد کھڑا ہے اسکر کے لگ نہیں بابا میرا ویر ہے سیدان نے او تیرا ویر ہے اب آس میرا ویر ہے تیرا چھیا مہینہ دے میں نے بکری سارا نجمان ہے
ਆਵਾਜ਼ਾਂ ਦਾ ਕੰਦੇ ਪਰਵਾਨਾ ਨਾ ਨੁਕਸਾਨ ਹੁੰਦੇ ਰਹੇ ਲੇਕਿਨ ਇਤਨਾ ਨਹੀਂ ਮਹਿੰਗਾ ਪਿਆਰ ਤੁਰਨਿਆ ਤਣੀਆਂ ਫੁੱਟੀਆਂ ਦੀਆਂ ਜਾਗਦਾਂ ਦਾ ਰਸ ਫਰਮਾਇਆ ਬਾਬਾ ਅਸ਼ਕਰ ਮਰਦਾ ਖੜਾ ਹੈ ਆਵਾਜ਼ ਨੂੰ ਬਿਠਾ ਨੇ ਫਰਮਾਇਆ ਆਜ਼ੀ ਜਾਨ ਦੀ ਇਜਾਜ਼ਤ ਨਹੀਂ ਸਿਰਫ ਇਹਨਾਂ ਯਤੀਮਾਂ ਵਾਸਤੇ ਪਾਣੀ ਘਿੰਨੋ ਆਵਾਜ਼ ਨੂੰ ਲਾਜ਼ੀਮ ਤੇ ਸਵਾਲ ਹੈ ਪੰਜ ਸੱਤ ਕਦਮ ਘੋੜੇ ਚਾਹੇ ਸੈਦ ਨਵਾਬ ਨੇ ਆਗਾਜ਼ੀ ਕਹਿੰਦੇ ਆ ਵੀ ਮੌਲਾ ਆਪ ਦੇ ਹੱਥਾਂ ਨੇ ਪਾਣੀ ਸੈਦ ਅਹਿਮਦ ਬੇਸ਼ੱਕ ਮੰਦ ਲੇਕਿਨ ਉਸ ਨੂੰ ਦੱਸਾ ਜਿਹੜੀ ਤੇਰੇ ਸਹਾਰੇ ਜੰਗਣਾ ਚਾਹੀ ਹੋਈ ਹੈ ਮੌਲਾ ਆਜ਼ੀ ਘੋੜਾ ਮੋੜਾ ਹੈ ਅੱਲਾ ਕਹਿ ਦੁੱਖ ਨਾ ਰੋ ਇਮਾਮ ਜ਼ਮਾਨਾ ਹੈ ਮਾਤਾ ਦੀ ਹਾਇ ਕਬੂਲ ਫਰਮਾਵੀ ਸਾਡਾ ਇਹ ਰੋਣਾ ਰੋਣਾ ਮਾਤਮ ਕਰਨਾ ਆਪਣੇ ਬਾਰਗਾਹ ਕਬੂਲ ਕਰੇ ਉਸ ਵੇਲੇ ਮੌਲਾ ਗਾਜ਼ੀ ਖਿਆਮ ਦੇ ਦਰ ਤੇ ਆ ਕੇ ਸੈਦ ਆਇਤ ਤਤਹੀਰ ਦੀ ਤਿਲਾਵਤ ਕੀਤੀ ਹੈ ਇਹ ਉਹ ਸਵਾਲ ਹੀ ਪੜ੍ਹਦੇ ਹਨ ਜਿਹੜੇ ਮਦੀਨੇ ਆਲੇ ਮੁਹੰਮਦ ਦੇ ਦਰ ਤੇ ਕੁਝ ਮੰਗਣ ਆਉਂਦੇ ਹਨ ਬੇਬੀ ਫਿਜ਼ਾ ਤੋਂ ਲੈ ਕੇ ਆਉਂਦੀ ਅੰਮਾ ਫਿਜ਼ਾ ਹੇ ਅਬਾਸ ਅੱਲਾ ਜਾਣੇ ਅੱਜ ਸਵਾਲ ਹੀ ਕਿਉਂ ਬਣਾ ਹੋਇਆ ਅੰਮਾ ਵੰਜੋ ਮੰਨੇ ਅਬਾਸ ਨੂੰ ਹਿੱਕ ਦਾ ਖਿਆਮ ਚ ਬੋਲੋ ਮੈਨੇ ਮੌਲਾ ਗਾਜ਼ੀ ਦਾ ਘੋੜਾ ਖਿਆਮ ਚ ਹੈ ਜਿਵੇਂ ਤੁਸੀਂ ਮਾਤਮੀ ਹਲਕਾ ਬਣਾਉਂਦੇ ਹੋ ਨਾ ਸਾਰੀਆਂ ਬੀਬੀਆਂ ਅਬਾਸ ਦੇ ਚੌਕੇ ਤੋਂ ਇੰਜ ਮਾਤਮੀ ਹਲਕੇ ਦੇ ਵਾਂਗ ਘੇਰਾ ਪਾਏ ਦਰਮਿਆਨ ਚਾਹੀ ਮੌਲਾ ਅਬਾਸ ਦਾ ਗੋਣਾ ਬੀਬੀਆਂ ਦੀ ਗਾਜ਼ੀ ਕਹਿੰਦੇ ਆ ਰਹੀ ਹੈ ਫਰਮਾਇਆ ਪਾਣੀ ਗਿੰਨਾ ਮੈਂ ਮੌਤ ਵਾਲੇ ਪਾਸੇ ਬਹਿੰਦਾ ਪਿਆ ਬੀਬੀਆਂ ਦੀ ਅਬਾਸ ਉੱਨੀ ਮਾਹ ਰਮਜ਼ਾਨ ਮੇਰੇ ਬਾਪ ਨੂੰ ਜ਼ਰਬ ਲੱਗੀ ਆਈ ਇੱਕੀ ਨੰਬਰ ਮੈਨੂੰ ਪੱਟੀਆਂ ਬਣੇ ਨਹੀਂ ਮੁਆਮੀ ਕੀ ਮਾਰਦਾ ਨੰਦੇ ਬਾਬੇ ਅੱਖ ਖੋਲੀ ਅੰਗਲ ਮਾਰ ਗਿਆ ਦਿਨ ਜ਼ਨਬ ਸਾਰੀ ਜ਼ਿੰਦਗੀ ਕੋਈ ਸ਼ਾਇ ਨਹੀਂ ਮੰਗੀ ਆਜ ਮੰਗਦਾ ਮੈਨੂੰ ਖਾਲੀ ਨਾਲਾ ਮੈਂ ਅੱਖ ਬਾਬਾ ਕੇ ਮੰਗਦੇ ਹੋ ਆਦੇ ਆਏ ਮੇਰੇ ਸਾਹਮਣੇ ਵੇੜੇ ਚ ਟੁਰ ਮੱਥਾ ਭਰਦਾ ਰੱਜ ਮੰਨਣਾ ਪਵੀ ਮੇਰੇ ਸਾਹਮਣੇ ਬੋਲ ਮੱਥਾ ਸ਼ਰਾਬੀ ਨਾਲ ਬੋਲਣਾ ਪਵੀ ਮੈਂ ਅੱਖ ਬਾਬਾ ਆਵਾਜ਼ ਮੈਂ ਚਵਲਾਈ ਤਾਂ
Hayır, hayır.